ਸਭ ਤੋਂ ਪਹਿਲਾਂ ਜੀ ਮੈਂ ਜੀ ਜਦੋਂ ਵੀ ਕਦੇ ਮੇਰੀ ਇੰਟਰਵਿਊ ਹੋਊਗੀ ਮੈਂ ਰੱਬ ਦਾ ਨਾਮ ਲੈਣਾ, ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ, ਮੈਂ ਸਿੱਧਾ ਸਿੱਧਾ ਬੰਦਾ ਵਾ, ਮੇਰੇ ਦਿਮਾਗ 'ਚ ਕੋਈ ਚੋਰ ਕੋਈ ਸ਼ੈਤਾਨੀ ਇੱਦਾਂ ਦੀ ਨਹੀਂ ਹੈਗੀ। ਪਹਿਲਾਂ ਮੈਂ ਰੱਬ ਦਾ ਨਾਮ ਲਊਂਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਾਰਤ, ਜੈ ਵਾਲਮੀਕਿ ਹਰ ਹਰ ਵਾਲਮੀਕਿ, ਧੰਨ ਧੰਨ ਸ਼੍ਰੀ ਗੁਰੂ ਸਤਿਗੁਰੂ ਮਹਾਰਾਜ, ਔਰ ਹਲਾਲੂਇਆ ਗੌਸਪਾ ਖੁਸ਼ੀਆਂ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ। ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨਾ, ਮੈਨੂੰ ਬਖਸ਼ੋ ਜਕਾਰਾ ਮਾਂ ਚਿੰਤਪੁਰਨੀ ਦਾ ਬੋਲ ਸਾਚੇ ਦਾ ਦਰਬਾਰ ਕੀ ਜੈ, ਔਰ ਜਕਾਰਾ ਜਕਾਰਾ ਸਤਿਗੁਰੂ ਰਵੀ ਮਹਾਰਾਜ, ਜਕਾਰਾ ਮਹਾਰਾਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ, ਸਾਡੇ ਗੁਰੂ ਜੀ ਦਾ। ਔਰ ਆਪਾਂ ਗੱਲ ਕਰੀਏ, ਦੇਖੋ ਜੀ ਇਹ ਇਲੈਕਸ਼ਨ ਵਾਰਾਣਸੀ ਤੋਂ, ਅੰਮ੍ਰਿਤਸਰ ਤੋਂ, ਜਲੰਧਰ ਤੋਂ ਅਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਅਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ। ਔਰ ਜਿਹੜੇ ਜਿਹੜੇ ਬੰਦੇ ਖੜ੍ਹੇ ਆ ਸਾਡੇ ਸਾਹਮਣੇ, ਸਾਨੂੰ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਆ ਜੀ, ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰ ਦੇਣਗੇ। ਔਰ ਇਹ ਵੱਡਾ ਐਲਾਨ ਆ, ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਆਟੋ ਵਾਲੇ ਦਾ ਪੰਗਾ ਪਿਆ ਸੀਗਾ, ਠੀਕ ਆ, ਆਹ ਦੂਜੀ ਵਾਰੀ ਆ ਜੀ। ਪਰ ਕਿਸੇ ਟਾਈਮ 'ਤੇ ਜੇ ਸਾਡੇ ਐਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ, ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ, ਮੈਂ ਨਾਮ ਨਹੀਂ ਲਊਂਗਾ ਵਾ, ਹੁਣ ਤੁਸੀਂ ਆਪ ਹੀ ਸਮਝ ਲਓਗੇ, ਉਹ ਗਾਲਾਂ ਕੱਢ ਕੇ ਅਤੇ MP ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ, ਜਿੱਥੋਂ ਮੈਨੂੰ ਖੁੰਦਕ ਆਈ ਆ, ਜਿੱਥੋਂ ਮੈਨੂੰ ਐਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ, ਹੈ ਤੂੰ ਸ਼ਰਿਆਮ ਗਾਲਾਂ ਕੱਢ ਕੇ, ਕਿਹਦੇ ਨੂੰ ਗਾਲਾਂ ਕੱਢੀਆਂ ਗਈਆਂ ਜੀ? ਨਹੀਂ ਮੈਂ ਦੱਸ, ਨਾਮ ਨਹੀਂ ਦੱਸਦਾ ਜੀ, ਥੋੜ੍ਹਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ, ਕਲੀਅਰ ਨਹੀਂ ਲੋਕੀ ਬੋਰਡ ਪਾਉਣਗੇ ਨਾ, ਮੈਨੂੰ ਦੁੱਖ ਸੀਗਾ ਕਿ ਮੇਰੇ ਐਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਗਈਆਂ। ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਅਤੇ ਮੈਂ ਖੁੱਲ੍ਹ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ, ਉਹਦੀਆਂ ਮੈਂ ਪੂਛਾਂ, ਛੱਲੀਆਂ, ਦਾਣੇ, ਗੁੱਡੀਆਂ, ਕੀ ਕੁਛ ਮੈਂ ਕੱਟਦਾ ਵਾਂ, ਇਹ ਹੁਣ ਤੁਹਾਨੂੰ ਅੰਮ੍ਰਿਤਸਰ 'ਚ ਪਤਾ ਲੱਗੇਗਾ, ਕਿਉਂਕਿ ਕਿਤੋਂ ਇਲੈਕਸ਼ਨ ਖੜ੍ਹੇ ਹੋ ਰਹੇ ਹੋ? ਮੈਂ ਵਾਰਾਣਸੀ ਮੋਦੀ ਦੇ ਸਾਹਮਣੇ ਜੀ। ਅੱਛਾ, ਮੋਦੀ ਸਾਹਿਬ ਦੇ ਸਾਹਮਣੇ ਹੋ? ਦੇਖੋ ਜੇ ਉਹ ਰਾਜਾ ਵਾ ਨਾ, ਉਹ ਰਾਜਾ ਕਾਹਦਾ ਵਾ ਜਦੋਂ ਸਾਹਮਣੇ ਕੋਈ ਪ੍ਰਜਾ ਨਾ ਖੜੀ ਹੋਈ, ਇਹ ਤਾਂ ਮਨ ਮਰਜ਼ੀ ਦਾ ਮਾਲਕ ਹੋ ਗਿਆ ਨਾ। ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ, ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਏ ਆ, ਅਤੇ ਤੂੰ ਸਾਹਮਣੇ ਖੜਾਉਂ ਜਾ, ਉਹ ਰੱਬ ਨਹੀਂ ਹੈਗਾ, ਸਾਨੂੰ ਹੱਕ ਵਾ, ਸਾਡਾ ਪ੍ਰੋਪਗੈਂਡਾ ਸੈਕਟਰੀ ਸਾਨੂੰ ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ, ਇੱਕ ਰਿਕਸ਼ੇ ਚਲਾਉਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ। ਔਰ ਜਿਹੜਾ ਬੰਦਾ ਸਾਡੇ ਐਸੀ ਸਮਾਜ ਨੂੰ ਗਾਲਾਂ ਕੱਢਦਾ, ਅੱਜ ਉਹਦਾ ਖੁੱਲ੍ਹ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ। ਅੰਮ੍ਰਿਤਸਰ ਪਹੁੰਚੇ, ਅੰਮ੍ਰਿਤਸਰ ਕੀ ਵਿਜ਼ਨ ਹੈਗਾ ਆਉਂਦਾ? ਹਾਂਜੀ, ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋਏਗੀ। ਅੱਛਾ, ਵਾਰਾਣਸੀ ਤੋਂ ਮੈਂ ਖੜਾ ਹੋ ਰਿਹਾ, ਜਲੰਧਰ ਤੋਂ ਮੈਂ ਖੜਾ ਹੋ ਰਿਹਾ ਅਤੇ ਲੁਧਿਆਣੇ ਤੋਂ ਭਾਬੀ ਚੁੰਮਿਆਂ ਵਾਲੀ। ਅੱਛਾ, ਇਹ ਸਾਰਾ ਐਵੇਂ ਗਰੁੱਪ ਕੱਟਿਆ ਹੋ ਰਿਹਾ ਭਾਜੀ? ਫਿਰ ਕੀ ਹੈ, ਆਪਣੀ ਟੀਮ ਹੈ, ਸਾਡੇ ਬੰਦੇ ਆ। ਔਰ ਜਿੱਥੇ ਹੰਸਰਾਜ ਹੰਸੀ ਖੜ੍ਹੇ ਹੋ ਰਿਹਾ ਭਾਜੀ ਅਤੇ ਅਨਮੋਲ ਭਾਜੀ ਖੜ੍ਹੇ ਹੋ ਰਹੇ ਆ, ਉੱਥੇ ਮੇਰਾ ਪੱਪੂ ਚਾਹ ਵਾਲਾ ਖੜ੍ਹਾ ਹੋ ਰਿਹਾ ਕਿ ਜਿਹੜੀ ਚਾਹ ਦੀ ਦੁਕਾਨ ਆ ਰੇਹੜੀ ਰੱਖਦੀ ਆ ਜਿੱਥੇ। ਹਾਂਜੀ, ਇੱਥੇ ਹੀਰਾ ਪਨੀਰ ਵਾਲਾ ਵੀ ਖੜ੍ਹ ਗਿਆ ਤੁਹਾਡੇ ਸਾਹਮਣੇ ਜੀ, ਉਹ ਵੀ ਹਾਰ ਜਾਏਗਾ, ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ, ਇਹ ਗਰੰਟੀ ਆ। ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ, ਅੱਬਲ ਤਾਂ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ, ਜਿਤਨਾ ਅਸੀਂ ਆ। ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ, ਤੇ ਵੋਟਰ ਸਪੋਰਟਰ ਵੋਟਾਂ ਕਿਉਂ ਨਹੀਂ ਬਦਲ ਸਕਦੇ? ਪਰ ਨੀਟੂ ਜੀ ਪਿਛਲੀ ਵਾਰੀ ਦੇਖੋ, ਮੁੱਦੇ ਮੈਂ ਨਹੀਂ ਦੱਸਣੇ ਜੀ, ਉਹ ਲੋਕਾਂ ਨੂੰ ਮੁੱਦੇ ਨਹੀਂ ਦੱਸੋਗੇ ਤਾਂ ਕਿੱਦਾਂ ਵੋਟ ਪਾਉਣਗੇ ਲੋਕਾਂ? ਜਾਓ ਕਰਦੇ ਹੋ, ਮੈਂ ਸ਼ਹਿਰ ਘੁੰਮੂੰਗਾ, ਇੱਥੇ ਦੇ ਨਸ਼ੇ ਦੇ ਮੁੱਦੇ, ਕਾਰੋਬਾਰ ਦੇ ਮੁੱਦੇ ਜੋ ਵੀ ਆ, ਉਹ ਤਾਂ ਮੈਨੂੰ ਪਤਾ ਹੀ ਆ। ਬਾਕੀ ਮੁੱਦੇ ਡੰਪ ਦੇ, ਜਦੋਂ ਇੱਥੋਂ ਡੰਪ ਕਿੱਥੇ ਆ, ਕੂੜੇ ਦਾ ਡੰਪ ਕਿੱਥੇ ਆ, ਕੀ ਪ੍ਰੋਬਲਮ ਆ ਰਹੀਆਂ, ਕੀ ਇੱਥੇ ਜਿੱਥੇ ਆਪਾਂ ਰੇਲਵੇ ਸਟੇਸ਼ਨ ਦੇ ਬਾਹਰ ਨਿਕਲਦੇ ਹਾਂ, ਉੱਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਬਈਆਂ ਨੂੰ। ਯਾਰ ਕਮਾਲ ਆ ਯਾਰ, ਸਾਡਾ ਦੇਸ਼ ਹੈ ਕਿ ਕੀ ਹੈ? ਪੰਜਾਬੀਆਂ ਸੇ ਬਈਆਂ ਤੇ ਖੜਨਾ ਤੁਸੀਂ? ਮੈਂ ਗੱਲ ਕਰ ਰਿਹਾ ਭਾਈ, ਰੇਲਵੇ 'ਚ ਮੈਂ ਮੂੰਹ ਤੇ ਰੁਮਾਲ ਬੰਨਿਆ, ਮੈਂ ਚਾਹ ਦਾ ਕੱਪ ਫੜਿਆ, ਕਹਿੰਦੇ 120 ਰੁਪਏ ਦਾ। ਮੈਂ ਕਿਹਾ ਵਾਹ ਹੋਰ, ਮੈਂ ਰੰਗ ਵੇਖਣ ਕਹਿ ਤਾ, ਮੈਂ ਕਿਹਾ ਯਾਰ ਮੈਂ ਰੁਮਾਲ ਬੰਨਿਆ, ਮੈਨੂੰ ਅੱਗੇ ਵੀ ਇੱਕ ਆਟੋ ਵਾਲਾ ਲੁੱਟਿਆ ਸੀਗਾ, ਹੁਣ ਤੂੰ ਲੁੱਟਣ ਲੱਗ ਪਿਆ। ਮੈਂ ਕਿਹਾ ਵੀ ਪੈਸੇ ਲੈ ਕੇ ਬਹਿ ਜਾਓ ਭਾਜੀ, ਪੈਸੇ ਤਾਂ ਮੈਂ ਲੈਂਦਾ ਨਹੀਂ, ਮੈਂ ਹਾਰ ਕਰਾ ਲੂੰਗਾ, ਪਰ ਮੈਂ ਇੱਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ, ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ, ਉਹ ਬਟਨ ਦਬਦੇ ਆ, ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ, ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ, ਬਸ ਰਾਤੋਂ ਰਾਤ ਹੀ 50 ਕਰੋੜ 100 ਕਰੋੜ ਦਾ ਚੱਕਮਾ ਜਿਹੜਾ ਦੇ ਦਿੰਦੇ ਆ,
ਤੇ ਮੈਂ ਹੁਣ ਵੋਟਰਾਂ ਨੂੰ ਕਹਿਣਾ ਚਾਹੁੰਦਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ, ਪੈਸੇ ਤੇਲਾ ਜੋ ਕੁਛ ਮਿਲਦਾ ਲੈ ਲਓ, ਲੈਣ ਤੋਂ ਬਾਅਦ ਵੋਟਾਂ ਤੁਸੀਂ ਪਾ ਦੋ ਬਸ, ਨੀਡੂ ਨੂੰ ਪਾ ਦੋ ਵੋਟਾਂ, ਨੀਡੂ ਨੂੰ ਪਾਣੀ ਆ ਕਿੰਨੇ ਪਾਣੀ ਆ ਹੋਰ ਕੋ ਬੰਦਾ ਨਹੀਂ ਸਾਹਮਣੇ ਆ। ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘਰ ਦੀ ਵੋਟਾਂ ਵੀ ਘਰ ਦੀ ਵੋਟਾਂ ਕਿੰਨੇ ਪਈ? ਬਹੁਤ ਥੋੜਾ ਜੀ, ਲੱਖ ਰੁਪਿਆ ਬਜਟ ਦਾ ਨੀਡੂ ਜੀ। ਦੇਖੋ ਚੋਣ ਨਿਸ਼ਾਨ ਤਾਂ ਲੋਕਾਂ ਨੇ ਦਿੱਤਾ ਜੀ, ਅੱਛਾ ਸਰਕਾਰ ਨੇ ਨਾ, ਸਰਕਾਰ ਨੇ ਚੋਣ ਨਿਸ਼ਾਨ ਦੇ ਲੋਕਾਂ ਦੱਸਾਂਗਾ ਮੈਂ ਜਾ ਕੇ। ਮੈਂ ਭਾਈ ਜੀ ਨੀਡੂ ਜੀ ਸਾਹਮਣੇ ਬੈਠੋ, ਬੜਾ ਸੰਦਰ ਪਿੰਡ ਤੋਂ ਲੜ ਰਹੇ ਨੀਡੂ ਜੀ, ਇੱਧਰ ਦੇਖ ਨੀਡੂ ਜੀ, ਪਿਛਲੀ ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘਰ ਦੀਆਂ ਵੋਟਾਂ ਪਈਆਂ? ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ, ਸੱਕ ਸੱਤੀਆਂ ਪਈਆਂ ਸੀਗਾ, ਨਾ ਮੈਂ ਕੋਈ ਦਾਰੂ ਵੰਡੀ ਸੀ ਨਾ ਮੈਂ ਕੁਝ ਵੰਡਿਆ ਸੀਗਾ, ਇਹ ਸੱਚਾਈ ਦੀਆਂ ਵੋਟਾਂ ਜੀ। ਕਿੰਨੀਆਂ ਵੋਟਾਂ ਪਈਆਂ ਟੋਟਲ? ਇੱਕ ਇੰਟਰਵਿਊ ਹੈ ਉਹਦੇ ਵਿੱਚ ਤੁਸੀਂ ਕਹੇ 30 ਤੋਂ 35000 ਮੇਰਾ ਬਜਟ ਹੈ ਉਹਨੂੰ ਲੈ ਕੇ ਚੱਲਾਂਗੇ। ਨਹੀਂ ਹੁਣ ਵੱਧ ਗਿਆ, ਹੁਣ ਵੱਧ ਗਿਆ, ਹੁਣ ਕਿੰਨਾ ਹੋ ਗਿਆ ਜੀ? ਲੱਖ ਰੁਪਿਆ, ਹੁਣ ਲੱਖ ਰੁਪਿਆ ਵਧਿਆ। ਜੋ 4 ਜਗ੍ਹਾ ਇਲੈਕਸ਼ਨ ਲੜਨੀ ਭਾਜੀ, 4 ਜਗ੍ਹਾ ਇਲੈਕਸ਼ਨ ਲੜਨੀ ਆ, 4 ਜਗ੍ਹਾ ਦਾ ਬਜਟ ਨਹੀਂ ਬਜੂਗਾ, 1,50,000 ਵੀ ਲਾਓ ਇਹ ਭਾਜੀ। ਕਮੇਟੀ ਚੱਕੀ ਮੈਂ 90,000 ਰੁਪਏ ਘੱਟ, 10,000 ਰੁਪਏ ਘੱਟ, 90,000 ਰੁਪਏ ਪੂਰਾ ਕੀਤਾ ਮੈਂ, 10,000 ਲੋਕਾਂ ਕੋਲ ਮੰਗੂ ਲੱਖ ਪੂਰਾ ਕਰਕੇ, ਫਿਰ ਮੈਂ ਲੋਕਾਂ ਕੋਲ ਫੰਡ ਮੰਗ ਰਿਹਾ। ਮੁੱਦੇ ਕੀ ਨੇ? ਸਭ ਤੋਂ ਵੱਡੀ ਇਹ ਗੱਲ ਆ ਕਿ ਮੋਦੀ ਦੇ ਸਾਹਮਣੇ, ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ, ਕਿਸੇ ਕੋਲ ਇੰਨਾ ਦਮ ਨਹੀਂ ਹੈਗਾ, ਕਿਸੇ ਪਾਰਟੀ ਤੋਂ ਦਮ ਨਹੀਂ, ਮੇਰੇ ਤੋਂ ਦਮ ਹੋਵਾਂ ਮੈਂ ਖੜਾ। ਨੀਡੂ ਜੀ ਲਾਸਟ ਸਵਾਲ, ਨੀਡੂ ਜੀ ਲਾਸਟ ਸਵਾਲ, ਮੁੱਦੇ ਦੱਸਾਂਗੇ, ਘੁੰਮ ਲੈਣ ਦੋ ਮੈਨੂੰ ਮਾੜਾ ਜਿਹਾ, ਅੱਜ ਹੀ ਆ ਨਾ, ਅੱਜ ਮੈਂ ਆਇਆ, ਪਹਿਲੇ ਦਿਨ ਤੇ ਆਇਆ ਮੈਂ, ਪਹਿਲੇ ਦਿਨ ਘੁੰਮ ਲੈਂਦੋ, ਸ਼ਹੀਦਾਂ ਦਾ ਮੱਥਾ ਟੇਕ ਲੈਂਦੋ, ਫਿਰ ਆਪਾਂ ਝੰਡਾ ਚਾੜ ਦੇਣਾ, ਬਹਿ ਜਾਣਾ। ਸਵਾਲ ਹੀਰਾ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ, ਕੀ ਕੰਪੀਟੀਸ਼ਨ ਰਹੇਗਾ ਤੁਹਾਡਾ? ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ, ਕਾਰਨ ਕੀ ਆ? 5 ਹੀ ਪੈਣੀਆਂ ਉਹਨੂੰ ਵੀ, ਤੁਹਾਡੇ ਵਾਲਾ ਹੀ ਮੇਰੇ ਤੋਂ ਵੀ ਮਾੜਾ ਹਾਲਾਤ ਹੋਣਾ ਹੀ ਦਾ, ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਫ੍ਰੀ ਖਾ ਕੇ ਜਾਵਾਂਗੇ। ਸੁਣੋ ਮੇਰੀ ਗੱਲ, ਇੱਕ ਰਾਜਾ ਵਾ, ਜੇ ਉਹਦੇ ਸਾਹਮਣੇ ਤਾਨਾਸ਼ਾਹੀ ਸਰਕਾਰ ਨਹੀਂ ਹੋਏਗੀ